ਪਹੁੰਚੇਗੀ। ਅਮਨ ਖਨਿਆਣ ਵੱਲੋਂ ਇੱਕ ਇੱਕ ਹਜ਼ਾਰ ਰੁਪਇਆ ਜਿਹੜਾ ਕਿਰਾਏ ਦੀ ਵਜੋਂ ਜਿਹੜਾ ਮਾਨ ਸਨਮਾਨ ਕੀਤਾ ਜਾਣਾ। ਕੁਲਦੀਪ ਮੈਮੋਰੀਅਲ ਯਾਦਗਾਰੀ ਕਬੱਡੀ ਟੂਰਨਾਮੈਂਟ ਪਿੰਡ ਅਮਲੋਹ ਦੇ ਵਿੱਚ 27 ਸਤੰਬਰ ਨੂੰ ਬੈਸਟ ਟੇਡਰ ਤੇ ਜਾਫੀਆਂ ਨੂੰ ਮੋਟਰਸਾਈਕਲ, 6 ਵਾਦੇ ਨੂੰ ਹਰ ਹਾਲਤ ਦੇ ਵਿੱਚ ਫਾਈਨਲ ਮੈਚ ਹੋਣਾ, 6 ਵਾਦੇ ਨੂੰ ਸ਼ਾਮ ਦੇ ਹਰ ਹਾਲਤ ਦੇ ਵਿੱਚ ਹਰ ਇੱਕ ਸਾਲ ਦੀ ਤਰ੍ਹਾਂ ਫਾਈਨਲ ਮੈਚ ਹੋਵੇਗਾ ਅਮਲੋਹ ਦੇ ਟੂਰਨਾਮੈਂਟ ਦੇ ਉੱਤੇ। ਸਾਰੀਆਂ ਟੀਮਾਂ ਤੇ ਦਰਸ਼ਕ ਵੀਰਾਂ ਨੂੰ ਖੁੱਲੇ ਸੱਦੇ। ਦਹਿਲੀਜ਼ ਨੂੰ ਕੱਟਣ ਲੱਗੇ ਆ, ਦਹਿਲੀਜ਼ ਦੀ ਟੀਮ ਨੂੰ ਕੱਟਣ ਲੱਗੇ ਆ ਜੀ, ਹੱਥ ਖੜਾ ਕਰੇ ਕਿੱਥੇ ਆ। ਦਹਿਲੀਜ਼ ਦੀ ਟੀਮ ਗਰਾਊਂਡ ਦੇ ਵਿੱਚ ਪੁੱਜ ਜਾਵੇ। ਦਹਿਲੀਜ਼ ਗੇਜਾ ਕਹਿੰਦਾ ਕੋਟ ਗੰਗੂ ਰਾਏ ਵਾਲਾ ਕਿ 25 ਤਰੀਕ ਨੂੰ ਦੁਬਾਰੇ ਦੇ ਵਿੱਚ ਜਿਹੜਾ 70 ਕਿਲੋ ਦੇ ਮੈਚ ਹੋਣੇ ਨੇ, 3 ਪਲੇਅਰ ਬਾਹਰੋਂ ਖੇਡਣਗੇ, ਨਾਲ ਬਜਣੀ ਕਬੱਡੀ 52 ਕਿਲੋ ਗੇਜੇ। ਬਹੁਤ ਬਹੁਤ ਧੰਨਵਾਦ ਹੈ ਸਾਰੀਆਂ ਟੀਮਾਂ ਤੇ ਦਰਸ਼ਕ ਵੀਰਾਂ ਨੂੰ, ਖੁੱਲੇ ਸੱਦੇ ਨੇ। ਮੈਚ ਜਿਹੜਾ ਸ਼ੁਰੂ ਹੋਣ ਲੱਗੇ ਆ, ਦਹਿਲੀਜ਼ ਦੀ ਟੀਮ ਆ ਗਈ ਆ, ਸਾਡੇ ਕਾਕੇ ਹੋਣੀ ਮੋਨੂ ਕੜਿਆਣੇ ਵਾਲਾ ਗਰਾਊਂਡ ਦੇ ਵਿੱਚ ਪੁੱਜ ਜਾਵੇ। ਹੈਲੋ, ਜੱਸੜ ਤੇ ਨੱਤ ਬੁਰਜ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਪੁੱਜ ਜਾਣ। ਜੱਸੜ ਤੇ ਨੱਤ ਬੁਰਜ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਪੁੱਜ ਜਾਣ। ਹੋ ਗਿਆ, ਜੱਸੜ ਦੀ ਟੀਮ ਗਰਾਊਂਡ ਦੇ ਵਿੱਚ ਆ, ਨੱਤ ਬੁਰਜ ਦੀ ਟੀਮ ਗਰਾਊਂਡ ਵਿੱਚ ਆ ਜਾਵੇ। ਨੱਤ ਬੁਰਜ ਦੀ ਟੀਮ ਗਰਾਊਂਡ ਦੇ ਵਿੱਚ ਪੁੱਜ ਜਾਵੇ। ਕੜਿਆਣੇ ਵਾਲਿਓ ਪ੍ਰਬੰਧਕਾਂ ਨੇ ਜਿਹੜਾ ਇੱਕ ਮੈਚ ਪਿੱਛੇ ਕੀਤਾ ਹੈਗਾ, ਦਹਿਲੀਜ਼ ਵਾਲੇ ਉਹ ਰਸਤੇ ਦੇ ਵਿੱਚ ਨੇ, ਥੋੜਾ ਰੁਕ ਜਾਓ, ਸਾਈਡ ਤੇ ਹੋ ਕੇ ਬੈਠ ਜਾਈਏ। ਬਹੁਤ ਬਹੁਤ ਧੰਨਵਾਦ ਆ। ਦੋ ਮਿੰਟ ਦੇਣ ਲੱਗ ਗਏ ਬਜ਼ੁਰਗੋ, ਤਾਂ ਸਮਾਂ ਬਹੁਤ ਹੋ ਜਾਣਾ। ਸਾਡੇ ਪ੍ਰਦੀਪ ਹੁਣੀ, ਉਹਨਾਂ ਨੂੰ ਮੇਰੀ ਬੇਨਤੀ ਆ ਕਿ ਆਪਾਂ, ਕਿਉਂਕਿ ਮੈਚ ਬਹੁਤ ਨੇ ਆਪਣੇ ਕੋਲ ਟੀਮਾਂ ਵਾ, ਅੱਜ ਕਹਿੰਦੇ ਸਿਰਾਂ ਆਉਣ ਵਾਲੀ ਗੱਲ ਹੋਣੀ ਹੈ। ਬਈ ਬਾਹਰਲਾ ਬੰਦਾ ਕੋਈ ਵੀ ਗਰਾਊਂਡ ਦੇ ਵਿੱਚ ਨਾ ਹੋਵੇ, ਕੋਈ ਵੀ ਬੰਦਾ ਬਾਹਰਲਾ, ਆਪਣੇ ਆਪ ਬਾਹਰ ਆ ਜਾਵੇ ਗਰਾਊਂਡ ਤੋਂ। ਹੈਲੋ, ਬੈਠ ਜਾਓ ਵੀਰੇ, ਬੈਠ ਜਾਓ, ਕੋਈ ਚੱਕਰ ਨੀ, ਬੈਠ ਜਾਓ, ਰਮ ਜਾਓ, ਲਵ ਜੂ ਕਰਕੇ ਬੈਠ ਜਾਓ। ਧੁੱਪ ਬਹੁਤ ਆ, ਗਰਮੀ ਬਹੁਤ ਆ, ਔਖਾ ਬਹੁਤ ਆ ਇੱਥੇ। ਹੈਲੋ, ਲੈ ਵੀ ਦਹਿਲੀਜ਼ ਵਾਲਿਓ, ਤੁਹਾਡਾ ਮੈਚ ਜਿਹੜਾ ਪ੍ਰਬੰਧਕਾਂ ਨੇ 2 ਮਿੰਟ ਜਿਹੜਾ ਲੇਟ ਕੀਤਾ ਗਿਆ, ਪਰ ਇਸ ਮੈਚ ਤੋਂ ਬਾਅਦ ਤੁਸੀਂ ਆਪੀ ਧਿਆਨ ਨਾਲ ਆ ਜਾਇਓ ਗਰਾਊਂਡ ਦੇ ਵਿੱਚ। ਨੱਤ ਬੁਰਜ ਤੇ
ਜਸੜਾਂ ਦਾ ਮੈਚ ਜਿਹੜਾ ਗਰਾਊਂਡ ਦੇ ਵਿੱਚ ਸ਼ੁਰੂ ਹੋਣ ਲੱਗੇ ਆ ਦੁਨੀਆਂ ਦੀਆਂ ਮੰਨੀਆਂ ਪਰਮੰਨੀਆਂ ਟੀਮਾਂ ਨੇ ਕਿ ਕਦੇ ਸਾਡੇ ਕੋਲ ਮੁਖਤਿਆਰੀ ਸੀ ਵੀ ਮੋਟਰ ਵਾਲੇ ਜਿੰਦੇ ਦੀ ਕਦੇ ਸਾਡੇ ਕੋਲ ਮੁਖਤਿਆਰੀ ਸੀ ਮੋਟਰ ਵਾਲੇ ਜਿੰਦੇ ਦੀ ਕਦੀ ਗੱਲ ਹੁੰਦੀ ਹੈ ਲੋਕ ਗੀਤਾਂ ਦੇ ਵਿੱਚ ਸੰਦੀਪ ਕੁਰੜ ਵਾਲੇ ਦੀਆਂ ਲਿਖੀਆਂ ਹੋਈਆਂ ਲੈਣਾ ਇੰਦਰਜੀਤ ਨਿੱਕੂ ਜਸੜਾਂ ਵਾਲਾ ਬਿਆਨ ਕਰਦਾ ਪਰ ਨੱਤ ਬੁਰਜ ਸੋਨੀ ਦਾ ਪਿੰਡ ਆ ਸਿਮਰੂ ਵਰਗੇ ਨੱਤਾਂ ਦੇ ਬੜੇ ਤਕੜੇ ਖਿਡਾਰੀ ਹੋਏ ਨੇ ਲਾ ਮੇਰੀ ਵੀਰ ਇਸ ਇਲਾਕੇ ਦੇ ਜਿਹੜੇ ਵੀਰ ਨੇ ਪੁਆਇੰਟ ਲਿਖਣੇ ਨੇ ਤਰਸੇਮ ਜਸੜ ਦੀ ਕਲਮ ਵੀ ਵੱਖਰਾ ਲਿਖਦੀ ਹੈ ਜਦ ਕੁਲਵੀਰ ਝਿੰਜਰ ਗਾਉਂਦਾ ਹੁੰਦਾ ਤਾਂ ਵੱਖਰੀ ਗੱਲ ਹੁੰਦੀ ਹੁੰਦੀ ਆ ਮੇਰੇ ਵੀਰਿਓ ਲਾ ਖੇਡ ਮੈਦਾਨ ਦੇ ਵਿੱਚ ਮੈਚ ਪੂਰਾ ਚੋਟੀ ਦਾ ਲੈਵੀ ਪੰਮਿਆ ਸਮਾਂ ਦੇ ਦੇ ਕਿਹੜਾ ਇਹਨਾਂ ਟੀਮਾਂ ਨੂੰ ਨਜ਼ਾਰੇਦਾਰ ਕਿਉਂਕਿ ਮੈਚ ਬੜਾ ਚੋਟੀ ਦਾ ਲੱਗਣਾ ਲੈ ਵੀ ਪ੍ਰਦੀਪ ਇਹ ਸਿਰਾ ਹੋਣ ਵਾਲੀ ਗੱਲ ਹੋਣੀ ਆ ਖੇਡ ਮੈਦਾਨ ਦੇ ਵਿੱਚ ਸਾਰੇ ਵੀਰਾਂ ਨੂੰ ਮੁਬਾਰਕਬਾਦ ਆ ਸਾਡੇ ਲਾਲੀ ਕੁੰਨਰ ਜੀ ਪ੍ਰਧਾਨ ਸਾਹਿਬ ਨਾਲ ਸਾਡਾ ਵੀਰ ਗੁਰੀ ਨਾਲ ਸਾਡਾ ਵੀਰ ਉਧਰੋਂ ਸੋਹਣੀ ਨੱਤਾਂ ਵਾਲੇ ਨੂੰ ਕਹਿੰਦੇ ਪਰਸ ਲੱਭਿਆ ਕਿਸੇ ਵੀਰ ਦਾ ਜੇ ਗਵਾਚ ਗਿਆ ਤਾਂ ਉਹ ਇੱਕ ਪਿਆਰ ਵਾਲੀ ਗੱਲ ਇੰਗਲੈਂਡ ਦੇ ਖੇਡ ਮੈਦਾਨਾਂ ਦੇ ਵਿੱਚ ਝੰਡੀ ਰਹੀ ਜੱਟ ਦੀ ਪੰਜਾਬ ਰਾਜ ਬਿਜਲੀ ਬੋਰਡ ਦਾ ਜਾਫੀ ਮੇਰੇ ਵੀਰਿਓ ਮੇਲੇ ਚ ਕਿਸੇ ਵੀ 9763-0207 ਦੇ ਉੱਤੇ ਕਾਲ ਕਰਕੇ ਆਪਣਾ ਪਰਸ ਜਿਹੜਾ ਪ੍ਰਾਪਤ ਕਰ ਸਕਦਾ ਕਹਿੰਦਾ ਕਿਸੇ ਮਾਤਾ ਦਾ ਪਰਸ ਆ ਉਹ ਆਪਣਾ ਜ਼ਰੂਰ ਪ੍ਰਾਪਤ ਕਰ ਲਵੇ ਲੈ ਵੀ ਨੱਤਾਂ ਵਾਲਿਆ ਜਿਉਂਦਾ ਰਹਿ ਮੁਬਾਰਕਾਂ ਨੇ ਲਾ ਖੇਡ ਮੈਦਾਨ ਦੇ ਵਿੱਚ ਜੁੜੀਏ ਖੇਡ ਕਬੱਡੀ ਦੇ ਨਾਲ ਦਰਸ਼ਕ ਵੀਰੋ ਇੱਕ ਸਾਈਡ ਕਹਿੰਦੇ ਟੀਮ ਆ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਜਸੜ ਦੀ ਮੇਰੇ ਖੱਬੇ ਆ ਬਈ ਮਲਾਜ਼ਮ ਵੀਰ ਨੂੰ ਬੇਨਤੀ ਆ ਜਿਹੜੇ ਵਿੱਚ ਜਾ ਰਹੇ ਨੇ ਬਾਹਰਲੇ ਪਿੰਡਾਂ ਦੇ ਬੰਦੇ ਇਹਨਾਂ ਬਾਹਰ ਕੱਢੋ ਦੂਸਰੇ ਬੰਨੇ ਨੱਤਾਂ ਦੀ ਟੀਮ ਮੇਰੇ ਸੱਜੇ ਹੱਥ ਆ ਨੱਤਾਂ ਦੀ ਟੀਮ ਮੇਰੇ ਸੱਜੇ ਹੱਥ ਆ ਅੱਖਾਂ ਵਾਲੀ ਘੂਰ ਤਾਂ ਬਾਬਾ ਤੇਰੀ ਹੋਰ ਲੱਗਦੀ ਹੈ ਦਿਨਾਂ ਤੂੰ ਦਾਨ ਆ ਪਲੇਅਰਾਂ ਨੂੰ ਪਰ ਵੇਖਾਂਗੇ ਮੈਚ ਵੀ ਕਬੱਡੀ ਦੇ ਨਾਲ ਜੁੜਦੇ ਆ ਭਲਵਾਨ ਜਸੜਾਂ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਉਧਰੋਂ ਕਹਿੰਦੇ ਨੱਤ ਦੀ ਟੀਮ ਦੇ ਚਾਰ ਜਾਫੀਆਂ ਦੇ ਵਿੱਚੋਂ ਕੌਣ ਖਿਡਾਰੀ ਵੱਧ ਕੇ ਟਰਾਈ ਕਰਦਾ ਇਸ ਏਰੀਏ ਦਾ ਪਿੰਡ ਅੰਮ੍ਰਿਤ ਚੀਮਾ ਕਹਿੰਦੇ ਬੱਸੀਆਂ ਵਾਲਾ ਉਹਦਾ ਅੱਜ ਕਹਿੰਦੇ ਗੋਲਡ ਰਿੰਗ ਦੇ ਨਾਲ ਕੁੰਨਰ ਪਰਿਵਾਰ ਵੱਲੋਂ ਮਾਣ ਸਨਮਾਨ ਕੀਤਾ ਜਾਣਾ ਨਾਲ ਪਿਰਤਾ ਚੀਮਿਆਂ ਦਾ ਨਾਲ ਬੱਬੂ ਖੰਨੇ ਦਾ ਨਾਲ ਜਲਾਲ ਵਾਲੇ ਰੁਪਿੰਦਰ ਦੀ ਗੱਲ ਹੋਣੀ ਹੈ ਮੇਰੇ ਵੀਰਿਓ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਸੁਧਾਰ ਵਾਲਾ ਕਹਿੰਦੇ ਨਿੰਮਾ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਪੂਰੀ ਤਿਆਰੀ ਦੇ ਨਾਲ ਸੁਧਾਰ ਵਾਲੇ ਨਿੰਮੇ ਦੀ ਕਹਿੰਦੇ ਪਈ ਹੋਈ ਕਬੱਡੀ ਉਧਰੋਂ ਇੱਕ ਕੰਨੀ ਦੇ ਉੱਤੇ ਕਹਿੰਦੇ ਘਮੰਡਾ ਪੰਜਰੁੱਖੇ ਵਾਲਾ ਲੱਗਿਆ ਹੋਇਆ ਪੰਜਰੁੱਖੇ ਦਾ ਕਹਿੰਦੇ ਗੋਗਾ ਬੜਾ ਤਕੜਾ ਖਿਡਾਰੀ ਹੋਇਆ ਮੇਰੇ ਵੀਰਿਓ ਖੰਨੇ ਸ਼ਹਿਰ ਦੀ ਗੱਲ ਆ ਲਾ ਕਹਿੰਦੇ ਘਮੰਡਾ ਤੇ ਸਾਥੀ ਖਿਡਾਰੀ ਕਹਿੰਦੇ ਹੁਣ ਵੱਧ ਕੇ ਟਰਾਈ ਕਰਦਾ ਸੁਧਾਰ ਵਾਲੇ ਨੂੰ ਡੱਕਣੇ ਦੀ ਲਾ ਜੱਫਾ ਅੰਕ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਅਗਲੀ ਕਬੱਡੀ ਪਾਉਣ ਦੇ ਲਈ ਅਮਰੀਕ ਕਹਿੰਦੇ ਖੇਡ ਮੈਦਾਨ ਦੇ ਵਿੱਚ ਇੱਕ ਅਮਰੀਕ ਕਹਿੰਦੇ ਪਹਿਲਵਾਨ ਰੌਣੀ ਦਾ ਹੋਇਆ ਲਾ ਅਮਰੀਕ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਉਧਰੋਂ ਕਬੱਡੀ $365 ਕੌਮ ਦੇ ਜ਼ਰੀਏ ਪੂਰੀ ਦੁਨੀਆ ਦੇ ਵਿੱਚ ਅੱਜ ਦੇ ਇਸ ਟੂਰਨਾਮੈਂਟ ਦਾ ਜਿਹੜਾ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ ਵੱਡੀ ਮੁਬਾਰਕਬਾਦ ਆ ਸਾਡੀ ਸਪੋਰਟਸ ਕਲੱਬ ਤੇ ਪ੍ਰਬੰਧਕਾਂ NRI ਵੀਰਾਂ ਨੂੰ ਜਿਨ੍ਹਾਂ ਵੀਰਾਂ ਦਾ ਵੱਡਾ ਯੋਗਦਾਨ ਆ ਬਾਹਰ ਬੈਠੇ ਅੱਜ ਦੇ ਟੂਰਨਾਮੈਂਟ ਦਾ ਇਹ ਆਨੰਦ ਮਾਣਦੇ ਹੋਏ ਧੰਨਵਾਦ ਕਰਦੇ ਆ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਮੈਦਾਨ ਦੇ ਵਿੱਚ ਭਲਵਾਨ ਵਾਧਾ ਹੋਇਆ ਅਮਰੀਕ ਦੀ ਕੌਡੀ ਆ ਜਿਹੜੀ ਉਹ ਮਿਸ ਕੀਤੀ ਗਈ ਆ ਭਲਵਾਨ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਨੱਤ ਬੁਰਜ ਤੇ ਜਸੜ ਦਾ ਇਹ ਬਹੁਤ ਤਕੜਾ ਮੈਚ ਦਹਿਲੀਜ ਕਲਾਂ ਤੇ ਕੜਿਆਣਾ ਬੂਰ ਮਾਜਰਾ ਤੇ ਬਦਰਾ ਲਲਤੋਂ ਤੇ ਸ਼ਕਰਪੁਰ ਲਹਿਰਾ ਏ ਤੇ ਕਮਾਲਪੁਰ ਉਧਰਲੇ ਬੰਨੇ ਵੇਖਾਂਗੇ ਵੀ ਨੱਤਾਂ ਵਾਲਾ ਨੌਜਵਾਨ ਵੱਧ ਕੇ ਟਰਾਈ ਕਰਦਾ ਤੇ ਪਾਣ ਜਿਹੜਾ ਇਸ ਖਿਡਾਰੀ ਦੀ ਟੀਮ ਦੇ ਲਈ ਜੁੜਦਾ ਹੋਇਆ ਆ ਵੀ ਨੌਜਵਾਨਾਂ ਪਾ ਕਬੱਡੀ ਆ ਕਹਿੰਦੇ ਪੱਬਾਂ ਤੇ ਨੱਚਣ ਵਾਲਾ ਰੇਡਰ ਮੇਰੇ ਵੀਰਿਓ ਰਿੰਪਲ ਨੱਤਾਂ ਵਾਲਾ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਪੂਰੀ ਤਿਆਰੀ ਦੇ ਨਾਲ ਨੱਤਾਂ ਵਾਲੇ ਰਿੰਪਲ ਦੀ ਪਈ ਸੀ ਕਬੱਡੀ ਉਧਰੋਂ ਦਰਸ਼ਕਾਂ ਦਾ ਕਹਿੰਦੇ ਠਾਠਾ ਮਾਰਦਾ ਘੱਟ ਹੋਣਾ ਅੱਜ ਦੇ ਟੂਰਨਾਮੈਂਟ ਦੇ ਉੱਤੇ ਦਰਸ਼ਕਾਂ ਦਾ ਕਹਿੰਦੇ ਠਾਠਾ ਮਾਰਦਾ ਘੱਟ ਹੋਣਾ ਸਾਰੇ ਦਰਸ਼ਕ ਵੀਰਾਂ ਦਾ ਵੀ ਧੰਨਵਾਦ ਹੈ ਕਿ ਬੜੇ ਭੁੱਖੇ ਤੇ ਆਏ ਬੜੀ ਦੂਰੋਂ ਦੂਰੋਂ ਆਏ
ਲੈਣ ਮੈਚਾਂ ਦੇ ਨਜ਼ਾਰੇ ਅੱਜ ਬੈਠ ਖੜ ਕੇ ਅੱਜ ਬੋਲਦਾ ਕਬੱਡੀ ਦਾ ਜਨੂਨ ਲੋਕਾਂ ਦੇ ਸਿਰ ਚੜ ਕੇ ਅੱਜ ਬੋਲਦਾ ਕਬੱਡੀ ਦਾ ਜਨੂਨ ਲੋਕਾਂ ਦੇ ਸਿਰ ਚੜ ਕੇ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਪੂਰੀ ਤਿਆਰੀ ਦੇ ਨਾਲ ਕਿ ਨੰਗੇ ਪਿੰਡੇ ਚੜ੍ਹੀ ਜਵਾਨੀ ਦੁਨੀਆਂ ਸਾਰੀ ਮੰਨੇ ਹੱਟ ਕਬੱਡੀ ਬੰਨੇ ਆ ਬਈ ਹੱਟ ਕਬੱਡੀ ਬੰਨੇ ਹੱਟ ਕਬੱਡੀ ਬੰਨੇ ਆ ਬਈ ਹੱਟ ਕਬੱਡੀ ਬੰਨੇ ਦੁਨੀਆਂ ਦੀ ਸਿਰ ਮੌੜ ਖੇਡ ਖੇਡ ਕਬੱਡੀ ਦੀਆਂ ਗੱਲਾਂ ਅੱਜ ਕਹਿੰਦੇ ਕੋਟ ਗੰਗੂ ਰਾਏ ਦੇ ਖੇਡ ਮੈਦਾਨਾਂ ਦੇ ਵਿੱਚ ਮੇਰੇ ਵੀਰਿਓ ਤੀਜੀ ਕੌਡੀ ਬੰਦ ਆ ਜਾਂ ਦੂਜੀ ਦੱਸਿਆ ਜਾਵੇ ਹਰਮਨ ਪ੍ਰਦੀਪ ਮਨਦੀਪ ਤੀਜੀ ਕੌਡੀ ਕਿੱਦਾਂ ਲੈਗੂਲਰੀ ਹੈ ਜਾਂ ਬੰਦ ਆ ਖੁੱਲੀ ਆ ਜੀ ਦੋ ਪਾ ਸਕਦਾ ਤੀਜੀ ਬੰਦ ਆ ਦੋ ਪਾ ਸਕਦਾ ਤੀਜੀ ਬੰਦ ਆ ਗੀ ਕਹਿੰਦੇ ਕੌਡੀ ਇਹ ਨੋਟ ਕਰ ਲਿਓ ਹੋਣੀ ਵੀ ਚਾਹੀਦੀ ਆ ਕਿਉਂਕਿ ਤਿੰਨ ਪਲੇਅਰ ਬਾਹਰੋਂ ਨੇ ਆਪਣੇ ਸ਼ਾਇਦ ਹਨਾ ਹੋਣੀ ਚਾਹੀਦੀ ਆ ਬਹੁਤ ਬਹੁਤ ਧੰਨਵਾਦ ਦੋ ਦੇ ਵਿੱਚ ਚੱਲ ਜਾਂਦਾ ਤਿੰਨ ਪਲੇਅਰ ਪਹਿਲਾਂ ਹੀ ਆਪਾਂ ਬਾਹਰੋਂ ਲਿਖੇ ਹੋਏ ਨੇ ਇੱਕ ਟੀਮ ਦੇ ਵਿੱਚ ਬਾਕੀ ਤੁਸੀਂ ਆਪਣੀ ਮਰਜ਼ੀ ਕਰੋ ਮੈਚ ਸ਼ੁਰੂ ਕਰਵਾ ਦਿਓ ਜੀ ਬਹੁਤ ਔਖਾ ਬਾਪੂ ਐਂ ਖੜਨਾ ਬਹੁਤ ਔਖਾ ਪੋਸਟਰ ਤੇ ਲਿਖਿਆ ਵੀ ਦੋ ਲਗਾਤਾਰ ਰੇਡ ਇੱਕ ਰੇਡਰ ਪਾ ਸਕਦਾ ਤੀਜੀ ਬੰਦ ਆ ਓਕੇ ਜੀ ਜਦੋਂ ਪੋਸਟਰ ਤੇ ਲਿਖਿਆ ਹੋਇਆ ਤਾਂ ਫਿਰ ਉਹ ਗੱਲ ਟੱਲ ਹੈ ਲਾ ਇਧਰਲੀ ਸਾਈਡ ਨੌਜਵਾਨ ਅਗਲੀ ਕਬੱਡੀ ਪਾਉਣ ਦੇ ਲਈ ਜੱਸੜ ਵਾਲਾ ਕਹਿੰਦੇ ਵਾਧਾ ਹੋਇਆ ਮੈਦਾਨ ਦੇ ਵਿੱਚ ਲੈ ਵੀ ਨੌਜਵਾਨਾਂ ਪਹਿਲਵਾਨਾਂ ਨਾਮ ਦੱਸੀ ਕਿਹੜਾ ਇਸ ਖਿਡਾਰੀ ਦਾ ਨੌਜਵਾਨ ਦੀ ਪੈਖੀ ਕਬੱਡੀ ਮੈਦਾਨ ਦੇ ਵਿੱਚ ਪੂਰੀ ਤਿਆਰੀ ਦੇ ਨਾਲ ਹੁਣ ਵੇਖਾਂਗੇ ਵੀ ਉਧਰੋਂ ਜਾਫੀ ਕੌਣ ਵੱਧ ਕੇ ਟਰਾਈ ਕਰਦਾ ਮੇਰੇ ਵੀਰਿਓ ਘੋਕੇ ਦੀ ਕਹਿੰਦੇ ਪਈ ਸੀ ਕਬੱਡੀ ਮੈਦਾਨ ਦੇ ਵਿੱਚ ਲਾ ਜੱਸੜ ਦੀ ਟੀਮ ਦਾ ਖਿਡਾਰੀ ਮੇਰੇ ਵੀਰਿਓ ਆਪਣੀ ਟੀਮ ਦੇ ਲਈ ਅੰਕ ਦਾ ਵਾਧਾ ਕਰਦਾ ਹੋਇਆ ਸੁਧਾਰ ਵਾਲਾ ਨਿੰਮਾ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਜਾਂਦਾ ਹੋਇਆ ਪੂਰੀ ਤਿਆਰੀ ਦੇ ਨਾਲ ਕਿ ਵਧਿਆ ਕਰ ਤੂੰ ਅੱਗੇ ਨੂੰ ਨਾ ਪੈਰ ਪਿਛਾਂ ਨੂੰ ਧਰਿਆ ਕਰ ਨਾ ਖੇਡ ਕਿਸੇ ਦੀ ਵੇਖ ਕੇ ਅੰਦਰੋਂ ਅੰਦਰੀ ਸੜਿਆ ਕਰ ਕਿ ਢਾਈ ਦਿਨ ਦੀ ਜ਼ਿੰਦਗਾਨੀ ਬਹੁਤਾ ਮਾਣ ਨਾ ਕਰਿਆ ਕਰ ਵਾਨਾ ਜੇ ਖਰਜੀਤ ਤਾਂ ਤੂੰ ਵੀ ਮਿਹਨਤ ਕਰਿਆ ਕਰ ਵਾਨਾ ਜੇ ਖਰਜੀਤ ਤਾਂ ਤੂੰ ਵੀ ਮਿਹਨਤ ਕਰਿਆ ਕਰ ਲਾ ਮੈਦਾਨ ਦੇ ਵਿੱਚ ਜਸਣਾ ਵਾਲਾ ਜਾਫੀ ਲਾ ਜੱਫਾ ਅੰਕ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਆ ਵੀ ਨੌਜਵਾਨਾਂ ਤਾਂ ਕਬੱਡੀ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਪੂਰੀ ਤਿਆਰੀ ਦੇ ਵਿੱਚ ਭਲਵਾਨ ਵਾਧਾ ਹੋਇਆ ਕਿ ਮਿਹਰ ਦੀਨਾ ਜੇ ਰੱਬ ਦੀ ਮਿਹਰ ਹੋ ਜੇ ਬੰਦਾ ਆਣ ਕੇ ਫਿਰ ਭਲਵਾਨ ਬਣਦਾ ਮਿਹਰ ਦੀਨਾ ਜੇ ਰੱਬ ਦੀ ਮਿਹਰ ਹੋ ਜੇ ਬੰਦਾ ਆਣ ਕੇ ਫਿਰ ਭਲਵਾਨ ਬਣਦਾ ਲਾਲੀ ਕੁੰਨਰ ਜੀ ਨਾਲ ਗੁਰੀ ਹੁਣੀ ਸਾਡੇ ਵੀਰ ਕਹਿੰਦੇ ਅੱਜ ਨਜ਼ਾਰਾ ਵੱਖਰਾ ਸਮੁੱਚੀ ਗ੍ਰਾਮ ਪੰਚਾਇਤ ਦਾ ਐਨਆਰਆਈ ਵੀਰਾਂ ਦਾ ਸਮੁੱਚੀ ਸਪੋਰਟਸ ਕਲੱਬ ਦਾ ਅੱਜ ਦੇ ਟੂਰਨਾਮੈਂਟ ਦੇ ਉੱਤੇ ਧੰਨਵਾਦ ਆ ਜਿਹੜੇ ਸਾਬਕਾ ਖਿਡਾਰੀ ਨੇ ਉਹਨਾਂ ਦਾ ਕਹਿੰਦੇ ਬਹੁਤ ਵੱਡਾ ਯੋਗਦਾਨ ਆ ਇਸ ਟੂਰਨਾਮੈਂਟ ਨੂੰ ਕਰਵਾਉਣ ਦੇ ਲਈ ਜਿਹੜੇ ਇਸ ਨਗਰ ਦੇ ਸਾਬਕਾ ਖਿਡਾਰੀ ਨੇ ਨਾਮ ਲਵਾਂਗਾ ਲਿਸਟ ਲੰਮੀ ਬਣ ਜਾਣੀ ਆ ਸਾਰੀ ਕਹਿੰਦੇ ਟੀਮ ਦਾ ਵੱਡਾ ਯੋਗਦਾਨ ਆ ਲਾ ਅਗਲੀ ਕਬੱਡੀ ਪਾਉਣ ਦੇ ਲਈ ਨੱਤਾਂ ਵਾਲਾ ਰਿੰਪਲ ਮੈਦਾਨ ਦੇ ਵਿੱਚ ਵਾਧਾ ਹੋਇਆ 70 ਕਿਲੋ ਦੇ ਮੈਚਾਂ ਦੇ ਵਿੱਚ ਕਹਿੰਦੇ ਸਿੱਕਾ ਚੱਲਿਆ ਇਸ ਖਿਡਾਰੀ ਦਾ ਹੁਣ 75 ਕਿਲੋ ਕਬੱਡੀ ਦੇ ਵਿੱਚ ਕਹਿੰਦੇ ਨੌਜਵਾਨ ਨਾਲ ਸਿੱਕਾ ਚੱਲਣ ਵਾਲੀ ਗੱਲ ਆ ਘਮੰਡਾ ਕਹਿੰਦੇ ਪੰਜਰੁੱਖੇ ਵਾਲਾ ਪੂਰੀ ਤਿਆਰੀ ਦੇ ਵਿੱਚ ਲਾਉਂਦਾ ਹੋਇਆ ਜੱਫਾ ਕਿ ਬਾਠਾਂ ਕਲਾਂ ਨੂੰ ਖੰਨਿਓ ਸਿੱਧੀ ਬੱਸ ਨਾ ਆਵੇ ਜੀ ਮੈਂ ਰਾਖੀ ਮਿੰਨੀ ਵਸਦਾ ਸ਼ੌਂਕੀ ਪੜ੍ਹਨੇ ਦਾ ਉਹਦੀ ਚਿੱਟੀ ਲਾਂਸਰ ਵੜਦੀ ਜਾਂਦੀ ਫਾਹੇ ਜੀ ਇਹ ਖੰਨੇ ਸ਼ਹਿਰ ਦੀ ਗੋਦੀ ਦੇ ਵਿੱਚ ਕਹਿ ਰਹੇ ਪੰਜਰੁੱਖਾ ਪਿੰਡ ਆ ਇਸ ਖਿਡਾਰੀ ਦਾ ਮੇਰੇ ਵੀਰਿਓ ਲਾ ਕਹਿੰਦੇ ਘਮੰਡਾ ਪੰਜਰੁੱਖੇ ਵਾਲਾ ਲਾ ਜੱਫਾ ਅੰਕ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਅੰਮ੍ਰਿਤ ਚੀਮਾ ਬਸੀਆ ਨੂੰ ਅੱਜ ਕਹਿੰਦੇ ਲੱਖ ਲੱਖ ਵਾਰ ਮੁਬਾਰਕਬਾਦ ਆ ਅੱਜ ਗੋਲਡ ਰਿੰਗ ਦੇ ਨਾਲ ਕਹਿੰਦੇ ਕੁੰਨਰ ਪਰਿਵਾਰ ਵੱਲੋਂ ਮਾਣ ਸਨਮਾਨ ਕੀਤੇ ਜਾਣੇ ਨੇ ਲਾ ਕਹਿੰਦੇ ਭਲਵਾਨ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਪੂਰੀ ਤਿਆਰੀ ਦੇ ਨਾਲ ਕਿ ਚੰਗਾ ਮਾੜਾ ਟਾਈਮ ਯਾਰੋ ਆਉਂਦਾ ਸਭ ਤੇ ਹਰ ਬੰਦਾ ਰੱਖਦਾ ਵਿਸ਼ਵਾਸ ਰੱਬ ਤੇ ਕਰਦੇ ਜੋ ਆਕੜਾ ਉਹ ਰਹਿੰਦੇ ਇਕੱਲੇ ਆ ਕੱਲ ਦਾ ਪਤਾ ਨਹੀਂ ਅੱਜ ਬੱਲੇ ਬੱਲੇ ਆ ਕੱਲ ਦਾ ਪਤਾ ਨਹੀਂ ਅੱਜ ਬੱਲੇ ਬੱਲੇ ਆ ਬੱਬੀ ਮੰਡੇਰ ਦੀਆਂ ਲਿਖੀਆਂ ਹੋਈਆਂ ਲਾਈਨਾਂ ਖੇਡ ਮੈਦਾਨਾਂ ਦੇ ਵਿੱਚ ਵੱਖਰੀਆਂ ਆਉਂਦੀਆਂ ਨੇ ਲਾ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਵਾਧਾ ਹੋਇਆ ਪੂਰੀ ਤਿਆਰੀ ਦੇ ਨਾਲ ਕਿ ਦੋ ਨੰਬਰ ਦਾ ਧੰਦਾ ਮਾੜਾ ਲੁੱਚਾ ਲਫੰਗਾ ਬੰਦਾ ਮਾੜਾ ਜੋ ਮਾੜੇ ਕੰਮ ਕਰਵਾਵੇ
ਡਰੱਗ ਜਦੋਂ ਫੜੀ ਜਾਂਦੀ ਫਿਰ ਬੰਦਾ ਪਿਆ ਪਛਤਾਵੇ, ਡਰੱਗ ਜਦੋਂ ਫੜੀ ਜਾਂਦੀ ਫਿਰ ਬੰਦਾ ਪਿਆ ਪਛਤਾਵੇ ਕਿ ਇੱਕ ਦਿਨ ਵਿੱਚ ਲੈ ਲਈ ਕੋਠੀ। ਕੋਠੀ ਵਾਲੀ ਗੱਲ ਬਾਅਦ ਚ ਕਰਾਂਗੇ, ਉਧਰੋਂ ਲੱਗੇ ਹੋਏ ਜੱਫੇ ਦੀ ਗੱਲ ਆ। ਇੱਕ ਵਾਰ ਮਾਰ ਦੋ ਜ਼ੋਰਦਾਰ ਤਾੜੀ ਮੇਰੇ ਵੀਰਿਓ ਪਾਂਡ ਜਿਹੜਾ ਜਾਫੀਆਂ ਦੀ ਟੀਮ ਦੇ ਲਈ ਜੁੜਦਾ ਹੋਇਆ ਕਿ ਇੱਕ ਦਿਨ ਵਿੱਚ ਲੈ ਲਈ ਕੋਠੀ, ਐਸੀ ਕਿਹੜੀ ਵਰਤੀ ਸੂਝ, ਵੱਡੇ ਸ਼ਹਿਰਾਂ ਵਿੱਚ ਪਲਾਟ ਖਰੀਦੇ, ਨਾਲੇ ਗੱਡੀ ਰੱਖੀ ਕਰੂਜ, ਲੋਕੀ ਮੋੜਾਂ ਉੱਤੇ ਗੱਲਾਂ ਕਰਦੇ, ਇੰਨਾ ਪੈਸਾ ਕਿੱਥੋਂ ਆਵੇ। ਡਰੱਗ ਜਦੋਂ ਫੜੀ ਜਾਂਦੀ ਫਿਰ ਬੰਦਾ ਪਿਆ ਪਛਤਾਵੇ, ਡਰੱਗ ਜਦੋਂ ਫੜੀ ਜਾਂਦੀ ਫਿਰ ਬੰਦਾ ਪਿਆ ਪਛਤਾਵੇ। ਉਧਰੋਂ ਕਹਿੰਦੇ ਝਾਂਜਰਾਂ ਵਾਲਾ ਗਿੱਟਾ ਕੈਚ ਕੀਤਾ ਹੋਇਆ, ਹੁਣ ਬੱਲੇ ਬੱਲੇ। ਦਰਸ਼ਕ ਵੀਰੋ ਖੇਡ ਮੈਦਾਨ ਦੇ ਵਿੱਚ ਤੇ ਪਾਣ ਜਿਹੜਾ ਨੱਤਾਂ ਦੀ ਟੀਮ ਦੇ ਲਈ ਜੁੜਦਾ ਹੋਇਆ, ਨਿੱਪਲ ਦੀ ਪਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਰਿੰਪਲ ਨੱਤਾਂ ਵਾਲਾ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਪੂਰੀ ਤਿਆਰੀ ਦੇ ਨਾਲ। ਇਧਰੋਂ ਬਜ਼ੁਰਗ ਸਾਡੇ ਦਰਸ਼ਕਾਂ ਨੂੰ ਭਾਈ ਘਨੱਈਏ ਵਾਲੀ ਸੇਵਾ ਕਰਕੇ ਪਾਣੀ ਪਿਆ ਰਹੇ ਨੇ, ਧੰਨਵਾਦ ਆ, ਜਿਉਂਦੇ ਰਹੋ। ਲਾਇਦਲੀ ਸਾਈਡ ਕਹਿੰਦੇ ਨੌਜਵਾਨ ਰਿੰਪਲ ਨੱਤਾਂ ਵਾਲੇ ਦੀ ਪਈ ਹੋਈ ਕਬੱਡੀ ਉੱਤੇ ਹੁਣ ਘਮੰਡੇ ਦਾ ਸਾਥੀ ਖਿਡਾਰੀ ਵੱਧ ਕੇ ਟਰਾਈ ਕਰਦਾ ਮੇਰੇ ਵੀਰਿਓ। ਅੱਜ ਖੇਡਾਂ ਪਿੰਡ ਕੋਟ ਗੰਗੂ ਰਾਏ ਦੀਆਂ, ਜਿੱਥੇ ਮੇਲਾ ਪੂਰੇ ਭਰ ਜੋਵਣ ਤੇ ਆ ਉੱਥੇ ਖੇਡਾਂ ਪੂਰੇ ਭਰ ਜੋਵਣ ਦੇ ਉੱਤੇ ਨੇ। ਉੱਥੇ ਕਹਿੰਦੇ ਠਾਠਾ ਮਾਰਦਾ ਇਕੱਠ ਹੋ ਜਾਣਾ, ਸ਼ਾਮਾਂ ਤੋਂ ਬਾਅਦ ਅੱਜ ਦੇ ਟੂਰਨਾਮੈਂਟ ਦਾ। ਉਧਰੋਂ ਓਮ ਕਮੈਂਟੇਟਰ ਸਾਡਾ ਵੀਰ ਇਸ ਇਲਾਕੇ ਦਾ ਬੁਲੰਦ ਆਵਾਜ਼ ਦਾ ਧਨੀ ਹੈ, ਉਸ ਵੀਰ ਦਾ ਵੀ ਅੱਜ ਇਲਾਕਾ ਗਾ, ਓਮ ਦਾ ਧੰਨਵਾਦ ਆ। ਨਾਲ ਬੱਬੂ ਖੰਨੇਵਾਲ ਦੀ ਗੱਲ ਹੋਣੀ ਹੈ, ਨਾਲ ਪਿਰਤੇ ਦੀ, ਨਾਲ ਸਾਡੇ ਵੀਰ ਕਹਿੰਦੇ ਜਲਾਲ ਵਾਲੇ ਰੁਪਿੰਦਰ ਦੀਆਂ ਗੱਲਾਂ, ਨਾਲ ਭਲਵਾਨ ਦੀ ਕਹਿੰਦੇ ਪਈ ਸੀ ਕਬੱਡੀ ਮੈਦਾਨ ਦੇ ਵਿੱਚ ਪੂਰੀ ਤਿਆਰੀ ਦੇ ਨਾਲ, ਹੁਣ ਨੱਤਾਂ ਵਾਲਾ ਕਿਹੜਾ ਜਾਫੀ ਵੱਧ ਕੇ ਜੱਫਾ ਲਾਉਣ ਦੀ ਗੱਲ ਕਰਦਾ ਮੇਰੇ ਵੀਰਿਓ। ਤੇ ਪਾਂਡ ਜਿਹੜਾ ਜੱਸੜ ਦੀ ਟੀਮ ਦੇ ਲਈ ਜੁੜਦਾ ਹੋਇਆ, ਬਾਬਾ ਨਾਗ ਭਾਗ ਜੀ ਉਹਨਾਂ ਦੀ ਵੱਡੀ ਯਾਦ ਮਨਾਈ ਜਾ ਰਹੀ ਅੱਜ ਕੋਟ ਗੰਗੂ ਰਾਏ ਦੇ ਵਿੱਚ। ਵੱਡਾ ਮੇਰੇ ਵੀਰਿਓ ਖੇਡ ਮੇਲਾ ਗਾ, 69ਵੀਆਂ ਮਿੰਨੀ ਓਲੰਪਿਕ ਖੇਡਾਂ ਪੂਰੇ ਭਰ ਜੋਵਣ ਦੇ ਉੱਤੇ ਨੇ। ਲਾਈਟਾਂ ਕਹਿੰਦੇ ਭਗਤੇ ਵਾਲੇ ਦੀਆਂ ਲੱਗੀਆਂ ਹੋਈਆਂ ਨੇ, ਪਰ ਲਾਈਟਾਂ ਦਾ ਕਹਿੰਦੇ ਨਜ਼ਾਰਾ ਸ਼ਾਮ ਨੂੰ ਜਦ ਹਨੇਰਾ ਪੈਣਾ ਉਦੋਂ ਵੱਖਰਾ ਆਉਣਾ ਗਾ। ਕਬੱਡੀ 365.com ਦੇ ਜ਼ਰੀਏ ਪੂਰੀ ਦੁਨੀਆ ਦੇ ਵਿੱਚ ਆਉਂਦੇ ਇਸ ਟੂਰਨਾਮੈਂਟ ਦਾ ਲਾਈਵ ਟੈਲੀਕਾਸਟ। ਮਾਰੋ ਤਾੜੀ, ਇਹ ਕਮੰਡਾ ਕਹਿੰਦੇ ਪੰਜਰੁੱਖੇ ਦੀ ਧਰਤੀ ਦਾ ਦਰਸ਼ਕ ਵੀਰੋ। ਤੇ ਦੂਜੇ ਬੰਨੇ ਨੌਜਵਾਨ ਆਪਣੀ ਟੀਮ ਦੇ ਲਈ ਇੱਕ ਹੋਰ ਪੁਆਇੰਟ ਦਾ ਵਾਧਾ ਕਰਦਾ ਹੋਇਆ, ਜ਼ਰੂਰੀ ਸੂਚਨਾਵਾਂ ਦੇ ਲਈ ਸਾਡੇ ਹਰਮਨ ਵੀਰ ਹੋਣੀ, ਸਾਡੇ ਮਨਦੀਪ ਹੋਣੀ ਦੱਸਣਗੇ ਕਿ ਅਗਲੇ ਮੈਚਾਂ ਦੀ ਜਿਹੜੀ ਲਿਸਟ ਆ ਉਹ ਵੀ ਆਪਾਂ ਜ਼ਰੂਰ ਪੁੱਛਦੀ ਕਰਾਂਗੇ। ਅਮਰੀਕ ਦੀ ਕਹਿੰਦੇ ਪਈ ਸੀ ਕਬੱਡੀ ਮੈਦਾਨ ਦੇ ਵਿੱਚ ਪੰਜਰੁੱਖੇ ਵਾਲੇ, ਅਮਰੀਕ ਦੀ ਪਈ ਸੀ ਕਬੱਡੀ ਉੱਤੇ ਕਹਿੰਦੇ ਨੱਤਾਂ ਵਾਲਾ ਜਾਫੀ ਕੀਪਾ ਕੀਪਾ ਵੱਧ ਕੇ ਟਰਾਈ ਕਰਦਾ। ਤੇ ਪਾਣ ਜਿਹੜਾ ਅਮਰੀਕ ਆਪਣੀ ਟੀਮ ਦੇ ਲਈ ਜੋੜਦਾ, ਰੋੜੀ ਸਿਰਸਾ ਤੇ ਸਮਾਓ ਬਈ ਮਾਧੋਪੁਰ ਮਾਧੋਪੁਰ ਤੇ ਕੋਰੇਵਾਲ, ਇਹ ਅਗਲੇ ਮੈਚ ਨੇ ਜੀ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਮਨਦੀਪ ਜੀ, ਨਾਲ ਸਾਡੇ ਵੀਰ ਪ੍ਰਦੀਪ ਹੋਣੀ, ਸਮੁੱਚੀ ਉਹਨਾਂ ਦੀ ਟੀਮ ਦਾ ਧੰਨਵਾਦ ਆ। ਲਾ ਖੇਡ ਮੈਦਾਨ ਦੇ ਵਿੱਚ ਕਹਿੰਦੇ ਨੱਤਾਂ ਵਾਲੇ ਰਿੰਪਲ ਦੀ ਪਈ ਸੀ ਕਬੱਡੀ ਖੇਡ ਮੈਦਾਨ ਵਿੱਚ ਪੂਰੀ ਤਿਆਰੀ ਦੇ ਨਾਲ। ਲੈ ਵੀ ਘਮੰਡਿਆ ਜੱਫਾ ਤੇਰਾ ਦੇਖਣਾ, ਨਜ਼ਾਰਾ ਵੱਖਰਾ ਆਉਣਾ, ਲੈ ਵੀ ਘਮੰਡਿਆ ਅੱਜ ਦੇ ਟੂਰਨਾਮੈਂਟ ਦੇ ਉੱਤੇ। ਇਧਰੋਂ ਕਹਿੰਦੇ ਘਮੰਡਾ ਪੰਜਰੁੱਖੇ ਵਾਲਾ ਹੁਣ ਵੱਧ ਕੇ ਟਰਾਈ ਕਰਦਾ ਡੀ ਦੇ ਦਰਮਿਆਨ। ਹੋ ਗਈ ਬੱਲੇ ਬੱਲੇ, ਹੋ ਗਈ ਬੱਲੇ ਬੱਲੇ ਬਈ। ਕਬੱਡੀ ਇੱਕ ਪਿੰਡ ਕਲੱਬ ਜਿਸ ਵੇਲੇ ਵੀਰ ਖਿਡਾਰੀ ਨੇ ਐਂਟਰ ਕਰਾਉਣੀ ਆ ਕਰਵਾ ਸਕਦਾ। ਕਬੱਡੀ ਇੱਕ ਪਿੰਡ ਓਪਨ ਦੀਆਂ ਟੀਮਾਂ ਜਿੰਨੀਆਂ ਵੀ ਇੱਥੇ ਪੁੱਜੀਆਂ ਨੇ ਉਹ ਆਪਣੇ ਜਿਹੜੇ ਨਾਂ ਨੇ ਉਹ ਸਟੇਜ ਦੇ ਉੱਤੇ ਜ਼ਰੂਰ ਨੋਟ ਕਰਵਾ ਦੇਣ। ਅਮਰੀਕ ਦੀ ਕਹਿੰਦੇ ਪਈ ਸੀ ਕਬੱਡੀ ਗੀਤੇ ਦਾ ਵੀਰ ਵੱਧ ਕੇ ਟਰਾਈ ਕਰਦਾ। ਲਾ ਮੇਰੀ ਵੀਡੀਓ ਮੈਚ ਦਾ ਕਹਿੰਦੇ ਸਮਾਂ ਸਮਾਪਤ ਦਾ। ਮਨਵੀਰ ਕੁੰਨਰ ਕਹਿੰਦਾ ਕਿ ਚਿੱਠੀ ਖੰਨੇ ਤੋਂ ਦਵਿੰਦਰਾ ਬਰਾਂਗੇ ਆਊਗੀ, ਰੱਖ ਸਾਹਿਬ ਕੇ ਜਵਾਨੀ ਤੇਰੇ ਕੰਮ ਆਊਗੀ। ਨੱਤ ਬੁਰਜ ਦੀ ਟੀਮ ਦੇ 5.5 ਪੁਆਇੰਟ ਨੇ ਤੇ ਜੱਸੜ ਦੀ ਟੀਮ ਦੇ 13 ਪੁਆਇੰਟ ਨੇ। ਜੱਸੜ ਦੀ ਟੀਮ ਨੇ ਜਾਫੀਆਂ ਨੇ 5 ਜੱਫੇ ਲਾ ਕੇ ਆਪਣੀ ਟੀਮ ਨੂੰ ਜਿੱਤ ਦਵਾਈ ਹੈ, ਜਦਕਿ ਨੱਤ ਬੁਰਜ ਦੀ ਜਾਫੀਆਂ ਦੀ ਜਾਫਲੈਂਡ ਨੇ 1 ਜੱਫਾ ਲਾਇਆ। ਜੱਸੜ ਦੀ ਟੀਮ ਜੇਤੂ ਆ ਜੀ, ਨੋਟ ਕਰ ਲਿਓ ਜੱਸੜ। ਲਓ ਜੀ ਵਿਸ਼ੇਸ਼ ਸੂਚਨਾ ਮੇਲੇ ਪ੍ਰਤੀ ਆ, ਬਈ ਮਾਈਆਂ ਦਾ ਮੇਲਾ 1 ਵਜੇ ਤੱਕ ਰਹੇਗਾ। ਮੇਲੇ ਦੇ ਵਿੱਚ ਕੋਈ ਵੀ ਵੀਰ ਅੰਦਰ ਨਾ ਜਾਵੇ 1 ਵਜੇ ਤੱਕ। 1 ਵਜੇ ਤੱਕ ਸਿਰਫ ਇਕੱਲੀਆਂ ਮਾਈਆਂ ਦਾ ਮੇਲਾ ਹੈ,
ਤੇ ਮਾਈਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਗਹਿਣੇ ਗੱਟੇ ਦਾ ਧਿਆਨ ਰੱਖਣ, ਕਿਉਂਕਿ ਹਰੇਕ ਸਾਲ ਗਰੋਹ ਆਉਂਦੇ ਨੇ, ਉਹ ਇੱਥੇ ਆ ਕੇ ਪਰਸ ਵਗੈਰਾ ਜਾਂ ਵਾਲੀਆਂ ਵਗੈਰਾ ਚੀਨੀਆਂ ਵਗੈਰਾ ਲਾ ਲੈਂਦੇ ਨੇ। ਇਸ ਕਰਕੇ ਤੁਸੀਂ ਆਪਣਾ ਧਿਆਨ ਰੱਖਣਾ, ਪਹਿਲੀ ਗੱਲ ਤਾਂ ਪਾ ਕੇ ਨਹੀਂ ਆਉਣਾ ਚਾਹੀਦਾ, ਜੇਕਰ ਪਾ ਕੇ ਆਏ ਵੀ ਹੋ ਤਾਂ ਆਪਣਾ ਧਿਆਨ ਰੱਖਿਓ, ਕਿਉਂਕਿ ਗਰੋਹ ਹਰੇਕ ਸਾਲ ਆਉਂਦੇ ਨੇ। ਪਰ ਫਿਰ ਵੀ ਸਾਡੀ ਪੁਲਿਸ ਕਾਫੀ ਚੌਕਸੀ ਰੱਖਦੀ ਆ, ਲੇਡੀ ਪੁਲਿਸ ਦਾ ਵੀ ਪ੍ਰਬੰਧ ਕੀਤਾ ਹੋਇਆ, ਪਰ ਫਿਰ ਵੀ ਤੁਸੀਂ ਆਪਣਾ ਧਿਆਨ ਆਪ ਰੱਖਣਾ। ਹਰੇਕ ਸਾਲ ਇਹ ਗਰੋਹ ਆਉਂਦੇ ਨੇ ਅਤੇ ਲੁੱਟ ਸੁੱਟ ਕਰਕੇ ਆਪਣਾ ਤੁਰਦੇ ਬਣਦੇ ਨੇ, ਪੰਜ ਚਾਰ ਚੈਨੀਆਂ ਹਰੇਕ ਸਾਲ ਲੈਂਦੀਆਂ ਨੇ। ਇਸ ਕਰਕੇ ਮਾਈਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਉਹ ਆਪਣਾ ਗਹਿਣੇ ਗੱਟੇ ਦਾ ਧਿਆਨ ਆਪ ਰੱਖਣ, ਅਤੇ ਦੂਸਰੀ ਬੇਨਤੀ ਇਹ ਆ ਵੀ ਉਹ ਆਪਣੇ ਬੱਚਿਆਂ ਦਾ ਵੀ ਵਿਸ਼ੇਸ਼ ਤੌਰ 'ਤੇ ਧਿਆਨ ਰੱਖਣ, ਕਿਉਂਕਿ ਬੱਚਿਆਂ ਦਾ ਬੱਚਿਆਂ ਨੂੰ ਕਈ ਵਾਰੀ ਉਹ ਛੱਡ ਦਿੰਦੇ ਨੇ, ਰਸ਼ ਬਹੁਤਾ ਹੋਣ ਕਰਕੇ ਬੱਚੇ ਇੱਧਰ ਉੱਧਰ ਹੋ ਜਾਂਦੇ ਨੇ, ਫਿਰ ਸਾਡੇ ਕੋਲ ਇੱਥੇ ਕੋਈ ਨਾ ਕੋਈ ਪਹੁੰਚਾ ਕੇ ਜਾਂਦਾ। ਆਪਣੇ ਬੱਚਿਆਂ ਦਾ, ਆਪਣੇ ਗਹਿਣੇ ਗੱਟਿਆਂ ਦਾ, ਪਰਸਾਂ ਦਾ, ਚੇਨੀਆਂ ਦਾ ਧਿਆਨ ਰੱਖਣ ਜਿਹੇ ਮਾਈਆਂ ਨੇ। ਮਾਈਆਂ ਪ੍ਰਤੀ ਬੇਨਤੀ ਆ ਵੀ ਉਹ 1 ਵਜੇ ਤੱਕ ਮੇਲੇ ਦੇ ਵਿੱਚ ਰਹਿ ਸਕਦੀਆਂ ਨੇ, ਉਸ ਤੋਂ ਬਾਅਦ ਮੇਲਾ ਸਾਰਿਆਂ ਲਈ ਖੋਲ੍ਹ ਦਿੱਤਾ ਜਾਂਦਾ ਹੈ। ਇਹ ਹਰੇਕ ਸਾਲਾਂ ਦਾ ਸਾਡਾ ਇਹ ਰੂਲ ਆ ਪਿੰਡ ਦਾ ਕਿ 1 ਵਜੇ ਤੱਕ ਮਾਈਆਂ ਮੇਲਾ ਦੇਖਣਗੀਆਂ, ਉਸ ਤੋਂ ਬਾਅਦ ਸਾਰਿਆਂ ਲਈ ਆ। ਇਸ ਕਰਕੇ ਵੀਰਾਂ ਨੂੰ ਬੇਨਤੀ ਹੈ, ਕੋਈ ਵੀ ਮੇਰਾ ਵੀਰ ਮੇਲੇ ਦੇ ਅੰਦਰ, ਚਾਹੇ ਉਹਨਾਂ ਦੇ ਪਰਿਵਾਰ ਦਾ ਪਰਿਵਾਰ ਦੀ ਮੈਂਬਰ ਕਿਉਂ ਨਾ ਅੰਦਰ ਗਏ ਹੋਣ, ਲੇਡੀਜ਼ ਤੋਂ ਬਿਨਾਂ ਮੇਲੇ ਦੇ ਅੰਦਰ ਨਹੀਂ ਜਾ ਸਕਦਾ ਕੋਈ ਵੀ। 1 ਵਜੇ ਤੱਕ ਸਿਰਫ ਇਕੱਲੀਆਂ ਮਾਈਆਂ ਦਾ ਮੇਲਾ ਹੋਵੇਗਾ, ਜੇ ਉਹਨਾਂ ਦੇ ਨਾਲ ਉਹਨਾਂ ਦਾ ਹਸਬੈਂਡ ਜਾਂ ਉਹਨਾਂ ਦਾ ਭੈਣ ਭਾਈ ਕੋਈ ਹੋਰ ਆਇਆ ਤਾਂ ਉਹ 19 ਦਿਨ ਲਈ ਖੇਡਾਂ ਦੇਖੇ ਇੱਥੇ ਆ ਕੇ ਅਤੇ ਅੰਦਰ ਜਾਂ ਆਪਣਾ ਬਾਹਰ ਰਹੇ। ਸਿਰਫ ਮੇਲੇ ਦੇ ਅੰਦਰ 1 ਵਜੇ ਤੱਕ ਮਾਈਆਂ ਹੀ ਮੇਲਾ ਦੇਖਣਗੀਆਂ। ਅਤੇ ਦੂਸਰੀ ਬੇਨਤੀ ਦੁਬਾਰੇ ਫਿਰ ਦੁਹਰਾਉਂਦੇ ਹਾਂ, ਉਹ ਆਪਣਾ ਗਹਿਣੇ ਗੱਟੇ ਦਾ ਖਿਆਲ, ਪਰਸਾਂ ਦਾ ਖਿਆਲ ਅਤੇ ਆਪਣੇ ਬੱਚਿਆਂ ਦਾ ਖਿਆਲ ਰੱਖਣ। ਧੰਨਵਾਦ। ਹੈਲੋ, ਉਧਰੋਂ ਜਥੇਦਾਰ ਮੇਵਾ ਸਿੰਘ ਜੀ, ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ ਬੇਨਤੀ ਕੀਤੀ ਹੈ ਕਿ ਸਰਧਾ ਦੇ ਨਾਲ ਮੱਥਾ ਟੇਕਣਾ ਤੇ ਮੇਲੇ ਦੇ ਵਿੱਚ ਬਹੁਤ ਕਈ ਵਾਰੀ ਜਿਹੜੀ ਗੱਲ ਇੱਧਰ ਉੱਧਰ ਹੋ ਜਾਂਦੀ ਹੈ ਤੇ ਆਪਣੇ ਗਹਿਣੇ ਗੱਟੇ ਦਾ ਵੀ ਧਿਆਨ ਰੱਖਣਾ। ਬਹੁਤ ਬਹੁਤ ਧੰਨਵਾਦ। ਸਾਡੇ ਜਥੇਦਾਰ ਮੇਵਾ ਸਿੰਘ ਜੀ ਸਟੇਜ ਤੋਂ ਦੱਸ ਰਹੇ ਨੇ, ਬਹੁਤ ਬਹੁਤ ਧੰਨਵਾਦ। ਹਾਂਜੀ, ਆ ਕੀ ਪੈਸੇ ਦਲੀ ਦੀ ਟੀਮ ਦਾ, ਕੜਿਆਣੇ ਦੀ ਟੀਮ ਦੇ ਉੱਤੇ ਇਤਰਾਜ ਮੇਰੇ ਕੋਲ ਆ, ਜੇ ਕਹੋ ਤਾਂ ਸਟੇਜ ਤੇ ਜ਼ਰੂਰ ਪੁੱਛਦਾ ਕਰਦੇ ਆ। ਦਲੀ ਦੀ ਟੀਮ ਕਹਿੰਦੇ 5 ਵਾਰੋਂ ਖੇਡਦੇ ਨੇ ਕੜਿਆਣੇ ਚ ਤੇ 22-3 ਦਾ ਇਤਰਾਜ ਕੀ ਆ ਫਿਰ? ਪੈਸੇ ਮਾਇਆ ਬਾਹਰਲਾ ਜਾਂ ਵਜਨ ਦਾ? ਵਜਨ ਦਾ ਵੀ ਆ, ਬਾਹਰਲਾ ਵੀ ਆ। ਆ ਨੋਟ ਕਰ ਲਿਓ, ਹਲੋ ਪੁਆਇੰਟਾਂ ਵਾਲੇ ਕੋਲ ਇਤਰਾਜ ਫੀਸ। ਦਲੀ ਦੀ ਟੀਮ ਮੇਰੇ ਸੱਜੇ ਹੱਥਾਂ ਤੇ, ਕੜਿਆਣਾ ਮੇਰੇ ਖੱਬੇ ਹੱਥ ਦੀ ਤਰਫ ਟੀਮ। ਉਧਰੋਂ ਸੋਨੀ ਕਹਿੰਦਾ ਨੱਤਾਂ ਵਾਲਾ ਕਿਸੇ ਮਾਤਾ ਦਾ ਪਰਸ ਜਿਹੜਾ ਗਵਾਚ ਗਿਆ ਉਹ ਵੀਰ ਕੋਲ ਆ, ਉਹ ਆਪਣੀ ਨਿਸ਼ਾਨੀ ਦੱਸ ਕੇ ਜ਼ਰੂਰ ਪ੍ਰਾਪਤ ਕਰ ਲੈਣ। ਬਹੁਤ ਬਹੁਤ ਧੰਨਵਾਦ ਆ। ਸਾਡੀ ਪ੍ਰਦੀਪ ਸੌਂਡ ਬੜੀ ਪਿਆਰੀ ਸੌਂਡ ਆ। ਲਓ ਕਹਿੰਦੇ ਮੈਚ ਪੂਰਾ ਚੋਟੀ ਦਾ ਖੇਡਿਆ ਜਾਣਾ। ਦਰਸ਼ਕ ਵੀਰੋ, ਖੇਡ ਮੈਦਾਨ ਦੇ ਵਿੱਚ ਇੱਕ ਸਾਈਡ ਜ਼ਿਲ੍ਹਾ ਸੰਗਰੂਰ ਦੀ ਟੀਮ ਮੇਰੇ ਸੱਜੇ ਆਤਾ ਤੇ ਦੂਜੇ ਬੰਨੇ ਜ਼ਿਲ੍ਹਾ ਲੁਧਿਆਣਾ, ਕਿ ਲੁਧਿਆਣੇ ਦਾ ਨਾਂ ਬਦਲ ਕੇ ਰੱਖ ਦਿਓ ਆਟੋ ਖਾਨਾ। ਬੇਕਾਬੂ ਹੈ ਭੀੜ ਇੱਥੇ, ਬੇਕਾਬੂ ਹੈ ਲਾਣਾ, ਲੁਧਿਆਣੇ ਦਾ ਨਾਂ ਬਦਲ ਕੇ ਰੱਖ ਦਿਓ ਆਟੋ ਖਾਨਾ। ਜ਼ਿਲ੍ਹਾ ਲੁਧਿਆਣੇ ਦੀ ਗੱਲ, ਖੇਡ ਮੈਦਾਨ ਦੇ ਵਿੱਚ ਕਦੀ ਗੱਗੀ ਤਖਤੂਪੁਰੀਆ ਕਰਦਾ ਪਰ ਅੱਜ ਕੱਲ੍ਹ ਆਸਟ੍ਰੇਲੀਆ ਦੇ ਵਿੱਚ ਸਾਡਾ ਵੀਰ ਪੁੱਜਿਆ ਹੋਇਆ। ਲਓ ਅਗਲਾ ਮੈਚ ਜਿਹੜਾ ਖੇਡਿਆ ਜਾਣਾ, ਬੂਰ ਮਾਜਰਾ ਤੇ ਬਦਰਾ, ਲਲਤੋਂ ਤੇ ਸਕਰਪੁਰ, ਨਾਲ ਲਹਿਰਾ ਏ ਤੇ ਕਮਾਲਪੁਰਾ। ਕੜਿਆਣੇ ਦੀ ਟੀਮ ਨੇ ਵੀ ਇਤਰਾਜ ਲਾਤਾ ਜੀ, ਦਲੀਰ ਦੀ ਟੀਮ ਦੇ ਉੱਤੇ ਸਾਡੇ ਪੁਆਇੰਟਾਂ ਵਾਲੇ ਵੀਰ ਕੋਲ ਦੋਨਾਂ ਦੀ ਇਤਰਾਜ ਫੀਸ ਆ ਜਿਹੜੀ ਉਹ ਪੁੱਜ ਗਈ ਹੈ। ਕੜਿਆਣੇ ਦਾ ਵੀ ਇਤਰਾਜ ਆ ਤੇ ਦੂਜੇ ਬੰਨੇ ਦਲੀਰ ਦਾ ਵੀ ਇਤਰਾਜ ਆ। ਪਹਿਲੀ ਕਬੱਡੀ ਕਹਿੰਦੇ ਨਾਜਮਾਲ ਪ੍ਰਦੀਪ ਸਿੰਘ, ਪਰ ਪ੍ਰਦੀਪ ਨੀ ਇਹ, ਕਹਿੰਦੇ ਸਿੱਧਵਾਂ ਵਾਲਾ ਬਿੱਲਾ, ਜਗਰਾਓ ਏਰੀਏ ਦਾ ਖਿਡਾਰੀ ਮੇਰੇ ਵੀਰਿਓ। ਲਾ ਕਹਿੰਦੇ ਸਿੱਧਵਾਂ ਵਾਲੇ ਬਿੱਲੇ ਦੀ ਪਈ ਸੀ ਕਬੱਡੀ ਮੈਦਾਨ ਦੇ ਵਿੱਚ, ਦਲੀ ਦੀ ਟੀਮ ਦੇ ਲਈ ਅੰਕ ਦਾ ਵਾਧਾ ਕਰਦਾ ਹੋਇਆ। ਕੜਿਆਣੇ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਪੂਰੀ ਤਿਆਰੀ ਦੇ ਨਾਲ। ਇਹਦੇ ਲਈ ਸਾਈਡ ਮੋਨੂ, ਮੋਨੂ ਕਹਿੰਦੇ ਕੜਿਆਣੇ ਵਾਲੇ ਦੀ ਪਈ ਸੀ ਕਬੱਡੀ ਮੈਦਾਨ ਦੇ ਵਿੱਚ ਪੂਰੀ ਤਿਆਰੀ ਦੇ ਨਾਲ। ਇੱਧਰੋਂ ਸਾਡੇ ਕੁੰਨਰ ਸਿੰਘ, ਬਈਆ ਜਿਹੜੇ 75 ਕਿੱਲੋ ਦੇ ਮੈਚ ਚੱਲ ਰਹੇ ਨੇ, ਇਹਦੇ ਵਿੱਚੋਂ ਬੈਸਟ ਰੇਡਰ ਤੇ ਜਾਪੀ ਨੂੰ ਦਲਵੀਰ ਸਿੰਘ USA, ਕੁਲਵੀਰ ਸਿੰਘ USA, ਸਪੁੱਤਰ ਸਰਦਾਰ ਭਰਪੂਰ ਸਿੰਘ USA ਵੱਲੋਂ ਦਿੱਤੀ ਜਾਣੀਆਂ ਨੇ LED-ਆਂ ਬੈਸਟ ਰੇਡਰ ਤੇ ਜਾਪੀ ਨੂੰ। ਜੱਗੇ ਦੀ ਪਈ ਸੀ ਇੱਕ
ਵੱਡੀ ਉਧਰੋਂ ਸਰਦਾਰ ਭਰਪੂਰ ਸਿੰਘ ਜੀ ਯੂਐਸਏ ਵਾਲੇ ਜਿਨ੍ਹਾਂ ਦੇ ਪਰਿਵਾਰ ਵੱਲੋਂ ਅੱਜ ਦੇ ਕਹਿੰਦੇ 75 ਕਿਲੋ ਦੇ ਬੈਸਟ ਰੇਡਰ ਤੇ ਜਾਫੀ ਨੂੰ ਐਲਈਡੀਆਂ ਦੇ ਨਾਲ ਮਾਣ ਸਨਮਾਨ ਦਿੱਤੇ ਜਾ ਰਹੇ ਨੇ। ਲਾ ਜੱਗਾ ਆਪਣੀ ਟੀਮ ਦੇ ਲਈ ਅੰਕ ਦਾ ਵਾਅਦਾ ਕਰਦਾ ਹੋਇਆ ਕਿ ਜੱਗਾ ਜੰਮਿਆ ਤੇ ਮਿਲਣ ਵਧਾਈਆਂ, ਵੱਡਾ ਹੋ ਕੇ ਕੌਡੀ ਖੇਡਦਾ, ਜੱਗਾ ਜੰਮਿਆ ਤੇ ਮਿਲਣ ਵਧਾਈਆਂ, ਵੱਡਾ ਹੋ ਕੇ ਕੌਡੀ ਖੇਡਦਾ। ਲਾ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਮੈਦਾਨ ਦੇ ਵਿੱਚ ਕੜਿਆਣੇ ਵਾਲਾ ਖਿਡਾਰੀ ਓਮ ਦਾ ਕਹਿੰਦੇ ਬਹੁਤ ਵੱਡਾ ਨਾਮ ਆ ਖੇਡ ਮੈਦਾਨਾਂ ਦੇ ਵਿੱਚ ਕਮੈਂਟਰੀ ਦੇ ਜ਼ਰੀਏ। ਪਰ ਇਹਦੇ ਲਈ ਸਾਈਡ ਅੰਬੀ ਦੀ ਕਹਿੰਦੇ ਪਈ ਸੀ ਕਬੱਡੀ, ਇੱਕ ਸਵਰਗੀ ਅਮਰਜੀਤ ਅੰਬੀ ਹਠੂਰ ਵਾਲਾ ਮੇਰੇ ਵੀਰਿਓ ਸਦਾ ਲਈ ਇਹਨਾਂ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਪਰ ਇਹਦੇ ਲਈ ਸਾਈਡ ਕਹਿੰਦੇ ਅੰਬੀ ਦੀ ਪਈ ਸੀ ਕਬੱਡੀ ਮੈਦਾਨ ਦੇ ਵਿੱਚ ਕੜਿਆਣਾ ਦੀ ਟੀਮ ਦੇ ਲਈ ਬਹੁਤ ਸੋਹਣੇ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਆ ਵੀ ਨੌਜਵਾਨਾਂ ਪਾ ਕਬੱਡੀ। ਲਾ ਸਿੱਧਮਾ ਵਾਲਾ ਬਿੱਲਾ ਕਹਿੰਦੇ ਅਨੇਕਾਂ ਟੂਰਨਾਮੈਂਟਾਂ ਦਾ ਐਲਸੀਡੀਆਂ ਜੇਤੂ ਤੇ ਕਹਿੰਦੇ ਸਾਈਕਲ ਜੇਤੂ ਖਿਡਾਰੀ ਮੇਰੇ ਵੀਰਿਓ। ਇਹਦੇ ਲਈ ਸਾਈਡ ਕਹਿੰਦੇ ਸਿੱਧਮਾ ਵਾਲੇ ਬਿੱਲੇ ਦੀ ਪਈ ਸੀ ਕਬੱਡੀ ਮੈਦਾਨ ਦੇ ਵਿੱਚ ਪੂਰੀ ਤਿਆਰੀ ਦੇ ਨਾਲ, ਉਧਰੋਂ ਮੁਕਾਬਲਾ ਕਹਿੰਦੇ ਵਿਜੇ ਦੇ ਨਾਲ ਸਖਤਾ ਤੇ ਨੌਜਵਾਨ ਆਪਣੀ ਟੀਮ ਦੇ ਲਈ ਇੱਕ ਸੁੰਦਰ ਪੁਆਇੰਟ ਦਾ ਵਾਅਦਾ ਕਰਦਾ ਹੋਇਆ। ਮੋਨੂ ਕੜਿਆਣੇ ਵਾਲਾ ਮੂਹ ਸਪਰੇ ਜਿਹੜੀ ਗਰਾਊਂਡ ਦੇ ਵਿੱਚ ਜ਼ਰੂਰ ਪੁੱਜਦੀ ਕਰ ਦਿਓ ਜੀ, ਸਾਡੇ ਵੀਰ ਮਨਦੀਪ ਹੁਣੀ ਪ੍ਰਦੀਪ ਹੁਣੀ ਮੂਹ ਸਪਰੇ ਆ ਜਿਹੜੀ ਗਰਾਊਂਡ ਦੇ ਵਿੱਚ ਜ਼ਰੂਰ ਪੁੱਜਦੀ ਕਰ ਦਿਓ। ਲਾ ਕਹਿੰਦੇ ਮੋਨੂ ਦੀ ਪਈ ਸੀ ਕਬੱਡੀ ਮੈਦਾਨ ਦੇ ਵਿੱਚ ਪੂਰੀ ਤਿਆਰੀ ਦੇ ਨਾਲ, ਉਧਰੋਂ ਫੜ ਗੁੱਟ ਵੱਜਦੀ ਹੋਈ ਕੈਂਚੀ ਆ ਤੇ ਮੋਨੂ ਆਪਣੀ ਟੀਮ ਦੇ ਲਈ ਬਚਦਾ ਬਚਾਉਂਦਾ ਹੋਇਆ ਇੱਕ ਹੋਰ ਪੁਆਇੰਟ ਦਾ ਵਾਅਦਾ ਕਰਦਾ ਹੋਇਆ। ਬੂਰ ਮਾਜਰਾ ਤੇ ਬਦਰੇ ਦੀਆਂ ਟੀਮਾਂ ਅਗਲੇ ਮੈਚ ਦੇ ਲਈ ਗਰਾਊਂਡ ਦੇ ਲਾਗੇ ਆ ਜਾਣ। ਬੂਰ ਮਾਜਰੇ ਦੀ ਟੀਮ ਪਹੁੰਚ ਚੁੱਕੀ ਆ ਤੇ ਬਦਰਾ ਦੀ ਟੀਮ ਜ਼ਿਲ੍ਹਾ ਬਰਨਾਲੇ ਦੀ ਉਹ ਗਰਾਊਂਡ ਦੇ ਵਿੱਚ ਜ਼ਰੂਰ ਪਹੁੰਚੇ। ਬਦਰਾ ਦੀ ਟੀਮ ਜ਼ਿਲ੍ਹਾ ਬਰਨਾਲੇ ਦੀ ਨਾਲ ਲਲਤੋਂ ਤੇ ਸ਼ਕਰਪੁਰ ਲਹਿਰਾ ਏ ਤੇ ਕਮਾਲਪੁਰਾ ਇਹ ਵੀ ਟੀਮਾਂ ਜਿਹੜੀਆਂ ਆਪਣੇ ਆਪਣੇ ਮੈਚ ਅਨੁਸਾਰ ਗਰਾਊਂਡ ਦੇ ਵਿੱਚ ਜ਼ਰੂਰ ਪਹੁੰਚਣਗੀਆਂ। ਪ੍ਰਦੀਪ ਸੌਂਡ ਬੜੀ ਪਿਆਰੀ ਸੌਂਡ ਆ, ਧੰਨਵਾਦ ਆ। ਲਾ ਅਮਰਜੀਤ ਅੰਬੀ ਅਗਲੀ ਕਬੱਡੀ ਪਾਉਣ ਦੇ ਲਈ ਗਰਾਊਂਡ ਦੇ ਵਿੱਚ ਵਾਧਾ ਹੋਇਆ ਪੂਰੀ ਤਿਆਰੀ ਦੇ ਨਾਲ, ਇੱਕ ਕੰਨੀ ਦੇ ਉੱਤੇ ਲੰਬੂ ਲੱਗਿਆ ਹੋਇਆ ਨਾਲ ਕਾਕੇ ਵਰਗੇ। ਕਹਿੰਦੇ ਦਹਿਲੀਜ਼ ਦੀ ਟੀਮ ਦੇ ਚਾਰ ਸੁਪਰ ਸਟਾਰ ਜਾਫੀ ਨੇ, ਹੁਣ ਕੌਣ ਖਿਡਾਰੀ ਮੰਡੀ ਅਹਿਮਦਗੜ੍ਹ ਏਰੀਏ ਦਾ ਕਹਿੰਦੇ ਛਪਾਰ ਪਿੰਡ ਦੀ ਤਰ੍ਹਾਂ ਨਾਂ ਚਮਕਾਉਂਦਾ ਦਹਿਲੀਜ਼ ਪਿੰਡ ਦਾ। ਪਰ ਇਹਦੇ ਲਈ ਸਾਈਡ ਕਹਿੰਦੇ ਨੌਜਵਾਨ ਅਮਰਜੀਤ ਸਿੰਘ ਅੰਬੀ ਬੜਾ ਪ੍ਰਸਿੱਧ ਖਿਡਾਰੀ ਆਪਣੀ ਟੀਮ ਦੇ ਲਈ, ਪੁਆਇੰਟ ਜੋੜ ਪਾਊ ਜਾਂ ਨਹੀਂ ਮਿੱਤਰੋ, ਡੀ ਦੇ ਦਰਮਿਆਨ ਹੰਦਿਆਂ ਦੇ ਨਜ਼ਦੀਕ ਲੱਗੇ ਹੋਏ ਜੱਫੇ ਦੀ ਗੱਲ ਆ ਤੇ ਪਾਣ ਜਿਹੜਾ ਅੰਬੀ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਉਧਰੋਂ ਲਾਲੀ ਕੁੰਨਰ ਜੀ ਪ੍ਰਧਾਨ ਸਾਹਿਬ ਨਾਲ ਗੁਰੀ ਹੁਣੀ ਸਾਡੇ ਵੀਰ ਨਾਲ ਵਿਸ਼ੇਸ਼ ਤੌਰ ਦੇ ਉੱਤੇ ਧੰਨਵਾਦ ਹੈ। ਇਹਦੇ ਲਈ ਸਾਈਡ ਕਰੇ ਨੌਜਵਾਨ ਅਗਲੀ ਕਬੱਡੀ ਪਾਉਣ ਦੇ ਲਈ ਸਿੱਧਮਾ ਵਾਲਾ ਕਮਾਲ ਕਰਦਾ ਹੋਇਆ ਖੇਡ ਮੈਦਾਨ ਦੇ ਵਿੱਚ ਤੇ ਪਾਣ ਜਿਹੜਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਮੋਨੂ ਕੜਿਆਣੇ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਦਾ ਹੋਇਆ ਇੱਕ ਕੰਨੀ ਦੇ ਉੱਤੇ ਕਹਿੰਦੇ ਜੱਸੀ ਕਾਕਾ ਲੱਗਿਆ ਹੋਇਆ ਲਾ ਮੇਰੇ ਵੀਰਿਓ। ਇਹਦੇ ਲਈ ਸਾਈਡ ਬਦਰਾ ਦੀ ਟੀਮ ਨੂੰ ਸਾਡੀ ਵਾਰ ਵਾਰ ਬੇਨਤੀ ਹੈ, ਬੜੀ ਦੂਰੋਂ ਚੱਲ ਕੇ ਆਈ ਹੈ ਬਦਰੇ ਦੀ ਟੀਮ, ਬੂਰ ਮਾਜਰੇ ਦੀ ਟੀਮ ਦੇ ਨਾਲ ਉਹਦਾ ਮੈਚ ਖੇਡਿਆ ਜਾਣਾ। ਉਧਰੋਂ ਕਹਿੰਦੇ ਲੰਬੂ ਦਾ ਲੱਗਿਆ ਹੋਇਆ ਜੱਫਾ, ਦਰਸ਼ਕ ਵੀਰੋ ਵੱਜ ਗਈ ਪੁੱਠੀ ਕੈਂਚੀ ਮੋਨੂ ਕੜਿਆਣੇ ਵਾਲੇ ਨੂੰ, ਇੱਕ ਵਾਰ ਜ਼ੋਰ ਦਾ ਤਾੜੀ ਮਾਰ ਦੋ ਬਣਾ ਕੇ ਕਿਹਾ ਸਵਾਦ 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 ਵੱਖਰਾ ਮਾਰ ਦੋ ਤਾੜੀ ਮੇਰੇ ਵੀਰਿਓ। ਇਹ ਆ ਨਜ਼ਾਰਾ ਅੱਜ ਕੋਟ ਗੰਗੂ ਰਾਜ ਦੇ ਟੂਰਨਾਮੈਂਟ ਦਾ, ਇਹ ਆ ਨਜ਼ਾਰਾ ਅੱਜ ਕੋਟ ਗੰਗੂ ਰਾਜ ਦੇ ਟੂਰਨਾਮੈਂਟ ਦਾ। ਲਾ ਪਾਣ ਜਿਹੜਾ ਜਾਫੀਆਂ ਦੀ ਟੀਮ ਦੇ ਲਈ ਜੁੜਦਾ ਹੋਇਆ ਆ ਵੀ ਨੌਜਵਾਨਾਂ ਪਾ ਕਬੱਡੀ। ਇਧਰੋਂ ਜੱਗੇ ਨੂੰ ਕਹਿੰਦੇ ਕਬੱਡੀ ਪਾਈ ਹੈ ਜੱਗੇ ਨੇ ਤੇ ਭਲਵਾਨ ਨੇ ਟਰਾਈ ਕੀਤੀ ਹੈ ਤੇ ਜੱਗਾ ਬਚਦਾ ਬਚਾਉਂਦਾ ਹੋਇਆ ਆਪਣੀ ਟੀਮ ਦੇ ਲਈ ਸ਼ਾਨਦਾਰ ਅੰਕ ਦਾ ਵਾਅਦਾ ਕਰਦਾ ਹੋਇਆ ਕਿ ਆ ਗਏ ਨੇ ਖਿਡਾਰੀ ਵੇਖੋ ਖਿੱਚ ਕੇ ਤਿਆਰੀਆਂ, ਮਿਹਨਤਾਂ ਦੇ ਨਾਲ ਕਿੱਦਾਂ ਵਾਢੀਆਂ ਸ਼ਿੰਗਾਰੀਆਂ। ਉਧਰੋਂ ਪ੍ਰਦੀਪ ਟੈਣਾ ਵੀ ਕਹਿੰਦੇ ਵੱਡਾ ਕੈਮਰਾ ਲੈ ਕੇ ਗਰਾਊਂਡ ਦੇ ਵਿੱਚ ਪੁੱਜ ਗਿਆ, ਕਬੱਡੀ 365.com ਦੇ ਜ਼ਰੀਏ ਪੂਰੀ ਦੁਨੀਆ ਦੇ ਵਿੱਚ ਅੱਜ ਦੇ ਇਸ ਟੂਰਨਾਮੈਂਟ ਦਾ ਲਾਈਵ ਟੈਲੀਕਾਸਟ। ਉਧਰੋਂ ਮਨਵੀਰ ਔਜਲੇ ਉਹਨਾਂ ਨੇ ਕਹਿੰਦੇ ਮਰੇਲ ਕੋਲੇ ਦੇ ਕਬੱਡੀ ਕੱਪ ਦੇ ਉੱਤੇ ਵੱਡੇ ਕੈਮਰੇ ਦੇ ਨਾਲ ਕਬੱਡੀ 365.com ਵਾਲੇ ਵੀਰਾਂ ਦਾ ਮਾਣ ਸਨਮਾਨ ਕੀਤਾ। ਮੇਰੇ ਵੀਰਿਓ ਫਰਵਰੀ 20 ਫਰਵਰੀ 2015 ਦੀ ਗੱਲ, ਅੱਜ ਕਹਿੰਦੇ ਖੇਡਾਂ ਪਿੰਡ ਕੋਟ ਗੰਗੂ ਰਾਏ ਦੀ ਹੈ ਬੜੇ ਭਰ ਜੋਵਣ ਦੇ ਉੱਤੇ। ਲਾ ਅਗਲੀ ਕਬੱਡੀ ਪਾਉਣ ਦੇ ਲਈ ਬਿੱਲਾ ਮੈਦਾਨ ਦੇ ਵਿੱਚ ਵਾਧਾ ਹੋਇਆ ਪੂਰੀ ਤਿਆਰੀ ਦੇ ਨਾਲ, ਦੁਨੀਆਂ ਦੇ ਸਟਾਰ ਕਹਿੰਦੇ ਅਗਲੇ ਮੈਚ ਦੇ ਵਿੱਚ ਪਹੁੰਚੇ ਨੇ, ਨਿੱਕੇ ਵਰਗੇ ਨਾਲ ਸੀਪੇ ਵਰਗੇ ਨਾਲ
कहने साढ़े वीर इधर ही साइड हुण वेखांगे आपां सेवक वर्गे मेजर वर्गियां दी गल होणी है मेरे वीर नाल जसी कुलारां वाला इधरली साइड बिल्ला अपनी टीम दे लई पाण दा वादा करदा होया बहुत ही रौचक मैच खेडिया जा रहा ग्राउंड दे विच अमरजीत अंबी अगली कबड्डी पाउण दे लई दहलीज दे जाफियां दे उत्ते वादा होया पूरी तैयारी दे नाल सामने खड़े दो मोटरसाइकिल अज दे बेस्ट रेडर ते जाफी नूं मान सन्मान दे विच दित्ते जाणे ने पूरी दुनिया दे विच कबड्डी 365.com दे जरिए अज इस टूरनामेंट दा लाइव टैलीकास्ट उधरों यूएसए वाले वीर जुड़े हुए ने कई कनेडा दे विच बैठे आनंद माणदे ने ते कई इंग्लैंड दे विच बैठे कई यूरोप दे विच बैठे ते कई पंजाब हिंदुस्तान दे विच बैठे नैट दे जरिए अज इस टूरनामेंट दा जिहड़े नहीं पुछ सके ओह लाइव जिहड़ा नज़ारा माणदे हुए अज इस टूरनामेंट दा धन्नवाद आ ला जग्गे दी कबड्डी खेड मैदान दे विच सुरिंदर सिखोड़ा जी साढ़े वीर इधरों पंजाबी जी पंजाबी जलंधर दूरदर्शन तो विशेष तौर दे उत्ते पुज्जे ने बहुत बहुत धन्यवाद है लै वी टैणिया खिच के ना फोटो कायम जी अज बहुत बहुत धन्यवाद है इस खिलाड़ी दी ला अगली कबड्डी पाउण दे लई नौजवान फिर मैदान दे विच वाधा होया पूरी तैयारी दे नाल इधरली साइड ਇਦਾਂ ਸਾਇਡ ਕਹਿੰਦੇ ਨੌਜਵਾਨ ਦਾ ਫੜਿਆ ਹੋਇਆ ਗੁੱਟ ਦੁੱਗਾਂ ਵਾਲੇ ਜੱਟ ਦੀ ਤਰ੍ਹਾਂ ਪਰ ਵੇਖਾਂਗੇ ਵੀ ਪਾਣ ਜਿਹੜਾ ਫਿਰ ਮੇਰੇ ਵੀਡੀਓ ਕੜਿਆਣਾ ਦੀ ਟੀਮ ਦੇ ਲਈ ਜੁੜਦਾ ਹੋਇਆ ਮੈਚ ਪੂਰਾ ਭਰ ਜੋਬਣ ਦੇ ਉੱਤੇ ਖੇਡਿਆ ਜਾ ਰਿਹਾ ਲਾਲੀ ਕੁੰਨਰ ਜੀ ਨਾਲ ਗੁਰੀ ਉਹਨਾਂ ਨੂੰ ਮੁਬਾਰਕਾਂ ਨੇ ਨਾਲ ਅੱਜ ਸਮੁੱਚੀ ਗ੍ਰਾਮ ਪੰਚਾਇਤ ਨੂੰ ਸਪੋਰਟਸ ਕਲੱਬ ਨੂੰ ਮੇਵਾ ਸਿੰਘ ਜੀ ਸਟੇਟ ਸਕੱਤਰ ਜਥੇਵਾਲ ਸਾਹਿਬ ਫਿਰ ਮੇਵਾ ਸਿੰਘ ਜੀ ਨਾਲ ਉਹਨਾਂ ਦੇ ਜੇਈ ਸਾਹਿਬ ਉਹਨਾਂ ਦੀ ਸਮੁੱਚੀ ਟੀਮ ਨੂੰ ਅੱਜ ਮੁਬਾਰਕਾਂ ਨੇ ਅੱਜ ਦੇ ਟੂਰਨਾਮੈਂਟ ਦੀ ਹੈ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਧਰੋਂ ਸਵਰਗੀ ਗੁਰਦਿਆਲ ਸਿੰਘ ਸਟੇਟ ਸਟੇਡੀਅਮ ਦੇ ਵਿੱਚ ਲੱਗੀਆਂ ਹੋਈਆਂ ਰੌਣਕਾਂ ਜਿਨ੍ਹਾਂ ਦਾ ਪਰਿਵਾਰ ਯੂਐਸ ਦੇ ਵਿੱਚ ਰਹਿੰਦਾ ਨਾਲ ਜਿਨ੍ਹਾਂ ਦੀ ਲੰਗਰਾਂ ਦੇ ਵਿੱਚ ਵੱਡੀ ਸੇਵਾ ਹੁੰਦੀ ਹੈ ਇਹਨਾਂ ਪਰਿਵਾਰਾਂ ਦਾ ਵੀ ਧੰਨਵਾਦ ਹੈ ਅੱਜ ਦੇ ਟੂਰਨਾਮੈਂਟ ਦੇ ਉੱਤੇ ਅੰਬੀ ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਪੈਣ ਜਾ ਰਹੀ ਹੈ ਦਰਸ਼ਕ ਹੌਲੇ ਹੌਲੇ ਵੱਡੀ ਗਿਣਤੀ ਦੇ ਵਿੱਚ ਪੁੱਜਦੇ ਜਾ ਰਹੇ ਨੇ ਨਾ ਡਬਲ ਟੱਚ ਗੇਜਾ ਕੋਟ ਵਾਲਾ ਫੈਸਲੇ ਕਰਦਾ ਹੈ ਮੈਂ ਇੱਕ ਵਾਰੀ ਫਿਰ ਦੁਬਾਰੇ ਅਪੀਲ ਕਰਦੇ ਹਾਂ ਬਈ 1 ਵਜੇ ਤੱਕ ਸਾਡੇ ਮੇਲੇ ਦੇ ਵਿੱਚ ਸਿਰਫ ਇਕੱਲੀਆਂ ਮਾਈਆਂ ਹੀ ਜਾ ਸਕਦੀਆਂ ਨੇ 1 ਵਜੇ ਤੱਕ ਮੇਲਾ ਮਾਈਆਂ ਦਾ ਹੋਵੇਗਾ ਉਸ ਤੋਂ ਬਾਅਦ ਸਾਰਿਆਂ ਲਈ ਮੇਲਾ ਖੋਲ੍ਹ ਦਿੱਤਾ ਜਾਂਦਾ ਹੈ ਦੂਸਰੀ ਬੇਨਤੀ ਮਾਈਆਂ ਪ੍ਰਤੀ ਹੈ ਮਿੰਦੋ ਬਹਿ ਜਾਓ ਹੁਣ ਕੁੜੀਏ ਬਹਿ ਜਾਓ ਹੁਣ ਚੱਲ ਚੱਲ ਦੂਸਰੀ ਬੇਨਤੀ ਮਾਈਆਂ ਪ੍ਰਤੀ ਹੈ ਵੀ ਉਹ ਆਪਣੇ ਗਹਿਣੇ ਕੱਟਿਆਂ ਦਾ ਖਿਆਲ ਰੱਖਣ ਅਤੇ ਨਾਲ ਆਪਣੇ ਬੱਚਿਆਂ ਦਾ ਖਿਆਲ ਰੱਖਣ ਮੈਂ ਇਹ ਦੱਸਦੇ ਹਾਂ ਕਿ ਹਰੇਕ ਸਾਲ ਇੱਥੇ ਕੁਛ ਨਾ ਕੁਛ ਗਰੋਹ ਆਉਂਦੇ ਨੇ ਜਿਹੜੇ ਚੇਨੀਆਂ ਉਤਾਰ ਲੈਂਦੇ ਨੇ ਅਤੇ ਪਰਸ ਚੋਰੀ ਕਰਦੇ ਨੇ ਸਾਡਾ ਭਾਵੇਂ ਪੁਲਿਸ ਸਾਡੀ ਚੌਕਸੀ ਦਾ ਪ੍ਰਬੰਧ ਕੀਤਾ ਪੁਲਿਸ ਜਿਹੜੀ ਪੁਲਿਸ ਦਾ ਪਰ ਫਿਰ ਵੀ ਇਹ ਆਪਣਾ ਦਾਅ ਵਿੱਚੇ ਲਾ ਜਾਂਦੀਆਂ ਨੇ ਇਸ ਕਰਕੇ ਤੁਸੀਂ ਆਪਣਾ ਧਿਆਨ ਆਪ ਰੱਖਣਾ ਸਾਰੀਆਂ ਨੇ ਕਿਉਂਕਿ ਰਸ਼ ਬਹੁਤਾ ਹੋਣ ਕਰਕੇ ਇਹ ਗਰੋਹ ਵਿੱਚ ਐਂਟਰ ਹੋ ਜਾਂਦੇ ਨੇ ਅਤੇ ਉਸ ਤੋਂ ਬਾਅਦ